बहुत चंगा लग रहा जी, बहुत सुपना ही लग रहा है, तो बहुत ज़्यादा उम्मीद है, बहुत मेहनत भी की है, हूँ तो सामने है। सारे ने मैंने दस मेरी स्क्रीन की प्रेजेंस वधिया है, मैं ऑब्वियसली असं खुद न देखते हैं तो सानू यह चीज़ दिखती नहीं दिसदी नहीं ना, बट आफ्टर द मूवी उस फिनिश सारे ने मैंने दस माई गॉड योर स्क्रीन प्रेजेंस सो गुड आई लाइक सच्ची सच्ची रूबीना के नाल रील्स भी बड़ी बनाइया ने ना, केमिस्ट्री किमें दी रही सैट ते और प्रमोशन बहुत वधिया, शी इज़ लाइक अ सिस्टर टू मी, उन्होंने नाल काम करके भी बहुत वधिया लगा। आई एक्चुअली वुड हैव नेवर थॉट 10 years ago, if you told me I was gonna work with Rubina Dalaik, I would have been like, really? Really? No. But yeah, bahut vadiya lagya unna da naam kam. Mainu eh dasso ki jo real jidda karde honge, ya karde aa, unna layi koi suggestion deni chao. Unna layi suggestion ehi hai bhravo ke vyah ho jana ik din, so ik naal raho, te ladaiyan nahi honiyan, change rahonge, khush rahonge, so be with one. Mainu na ghat bolna pasand aa, te is tarah bande ghat vadiya lagde ne, jithe lagge vi fukri ho rahi hai, main utt jana utthe, bhaj jana. ਤੋਂ ਭੱਜਣਾ ਪਸੰਦ ਹੈ ਜੀ ਜੀ, ਮਤਲਬ ਮੈਨੂੰ ਜ਼ਿਆਦਾ ਬੋਲਣਾ ਵੀ ਨਹੀਂ ਪਸੰਦ ਅਤੇ ਮੈਨੂੰ ਜੈਨੂਅਨ ਲੋਕ ਜ਼ਿਆਦਾ ਪਸੰਦ ਹੈ ਜੀ। ਸੈਕਿੰਡਲੀ ਮੈਨੂੰ ਸਿਗਰਟ ਤੋਂ ਬਾਅਦ ਜੇ ਕਿਤੇ ਸਿਗਰਟ ਪੀਂਦਾ ਮੈਂ ਖੜ੍ਹ ਨਹੀਂ ਸਕਦਾ ਉੱਥੇ, ਮੈਂ ਭੱਜ ਜਾਣਾ ਜੀ ਜੀ ਜੀ। ਯਾਨੀ ਕਿ ਜਿਹੜਾ ਇੱਕ ਬੰਦਾ ਜੈਨੂਅਨ ਔਰ ਬਿਨਾਂ ਸਮੋਕਿੰਗ ਵਾਲਾ ਬੰਦਾ ਤੁਹਾਨੂੰ ਵਧੀਆ ਲੱਗਦਾ ਹੈ ਰਾਈਟ? ਭੱਜ ਕੇ ਜਾਇਓ, ਆਰਾਮ ਨਾਲ ਜਾਇਓ, ਪਰ ਫਿਲਮ ਜ਼ਰੂਰ ਦੇਖਣ ਜਾਇਓ, ਤੁਹਾਨੂੰ ਸੋਹਣੀ ਲੱਗੂ। ਉਹਨਾਂ ਲਈ ਜ਼ਰੂਰ ਕੁਛ ਕਹਿ ਦਿਓ ਜੋ ਸੁਪਨੇ ਦੇਖਦੇ ਨੇ, ਪੂਰਾ ਕਰਨਾ ਚਾਹੁੰਦੇ ਨੇ, ਉਹ ਸੁਪਨੇ ਵਾਲੀ ਮਿਹਨਤ ਕਰ। ਮੈਂ ਕਹਿਣਾ ਚਾਹੂੰਗਾ ਕਿ ਵੱਧ ਤੋਂ ਵੱਧ ਸੁਪਨੇ ਦੇਖਿਆ ਕਰੋ, ਰੱਬ ਜ਼ਰੂਰ ਪੂਰਾ ਕਰਦਾ, ਮਿਹਨਤ ਕਰਿਆ। ਦੇਸੀ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਸਿਮਰਨ ਹੰਸ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੋ ਅਸੀਂ ਆਏ ਹਾਂ ਜੀ ਚੱਲ ਭੱਜ ਚੱਲੀਏ ਫਿਲਮ ਦੇ ਪ੍ਰੀਮੀਅਰ ਤੇ ਪ੍ਰੀਮੀਅਰ ਦੇ ਮੌਕੇ ਸਾਡੇ ਨਾਲ ਫਿਲਮ ਦੇ ਲੀਡਿੰਗ ਐਕਟਰਸ ਇੰਦਰ ਚਾਹਲ ਤੇ ਅਲੀਸ਼ਾ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਬਹੁਤ ਵਧੀਆ। ਤੁਸੀਂ ਕਿਵੇਂ ਹੋ? ਮੈਂ ਠੀਕ ਹਾਂ, ਤੁਸੀਂ ਕਿਵੇਂ ਹੋ? ਬਹੁਤ ਹੀ ਵਧੀਆ। ਅੱਛਾ, ਖੱਬੇ ਲੋਗੜ ਵਾਲਾ ਕੌਣ ਆ ਤੇ ਸੱਜੇ ਵਾਲਾ ਕੌਣ ਆ? ਸਾਡਾ ਸੱਜਾ ਹੁੰਦਾ, ਤੁਹਾਡਾ ਖੱਬਾ ਹੁੰਦਾ ਨਾ ਜੀ? ਜੀ। ਅਸੀਂ ਜਾਣ ਕੇ ਬੈਠੇ ਹਾਂ, ਹੁਣ ਤੁਸੀਂ ਮੂਵੀ ਵਿੱਚ ਵੇਖੋਗੇ ਕਿਉਂ? ਅੱਛਾ, ਚੱਲ ਭੱਜ ਚੱਲੀਏ ਫਿਲਮ ਦਾ ਜਿਹੜਾ ਕਹਿ ਲਈਏ ਕਿ ਇੱਕ ਬੇਸ ਹੈਗਾ ਆ ਜਾਂ ਜੋ ਇਸਦਾ ਆਈਡੀਆ ਆ, ਉਹ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਇਸਦੇ ਲਈ ਕਾਫੀ ਪੋਜ਼ਿਟਿਵ ਕਮੈਂਟਸ ਆਏ ਨੇ, ਔਰ ਇੱਕ ਜਿਹੜੀ ਰਿਲੇਟੀਵਿਲਿਟੀ ਬਣੀ ਹੈ ਨਾ ਕਿ ਐਕਚੁਅਲ ਦੇ ਵਿੱਚ ਵੀ ਕਈ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਨੇ ਜਾਂ ਜ਼ਿੰਦਗੀ 'ਚ ਅਸੀਂ ਆਲੇ ਦੁਆਲੇ ਦੇਖਦੇ ਹਾਂ, ਸੋ ਉਹ ਰਿਸਪੋਂਸ ਦੇਖ ਕੇ ਅਤੇ ਅੱਜ ਫਿਲਮ ਦੇਖ ਕੇ ਕਿਵੇਂ ਦਾ ਲੱਗਿਆ? ਬਹੁਤ ਚੰਗਾ ਲੱਗ ਰਿਹਾ ਜੀ, ਬਹੁਤ ਸੁਪਨਾ ਹੀ ਲੱਗ ਰਿਹਾ, ਅਤੇ ਬਹੁਤ ਜ਼ਿਆਦਾ ਉਮੀਦ ਹੈ, ਬਹੁਤ ਮਿਹਨਤ ਵੀ ਕੀਤੀ ਹੈ, ਹੁਣ ਤੁਹਾਡੇ ਸਾਹਮਣੇ ਆ ਜੀ। ਅੱਛਾ, ਫਿਲਮ ਦੇਖਣ ਤੋਂ ਬਾਅਦ ਬੈਸਟ ਕੰਪਲੀਮੈਂਟ ਕਿਹੜਾ ਮਿਲਿਆ ਤੁਹਾਨੂੰ ਹੁਣ ਤੱਕ? ਸਾਰਿਆਂ ਨੇ ਮੈਨੂੰ ਦੱਸਿਆ ਮੇਰੀ ਸਕਰੀਨ ਦੀ ਪ੍ਰੈਜੈਂਸ ਵਧੀਆ ਹੈ, ਮੈਨੂੰ ਓਬਵੀਅਸਲੀ ਅਸੀਂ ਖੁਦ ਨੂੰ ਵੇਖਦੇ ਹਾਂ ਤਾਂ ਸਾਨੂੰ ਇਹ ਚੀਜ਼ ਦਿਖਦੀ ਨਹੀਂ ਦਿਸਦੀ ਨਹੀਂ ਨਾ, ਬਟ ਆਫਟਰ ਦ ਮੂਵੀ ਉਸ ਫਿਨਿਸ਼ ਸਾਰਿਆਂ ਨੇ ਮੈਨੂੰ ਦੱਸਿਆ ਓ ਮਾਈ ਗੋਡ ਯੋਰ ਸਕਰੀਨ ਪ੍ਰੈਜੈਂਸ ਸੋ ਗੁੱਡ, ਆਈ ਲਾਈਕ ਸੱਚੀ ਸੱਚੀ। ਰੂਬੀਨਾ ਦੇ ਨਾਲ ਰੀਲਸ ਵੀ ਬੜੀਆਂ ਬਣਾਈਆਂ ਨੇ ਨਾ, ਕੈਮਿਸਟਰੀ ਕਿਵੇਂ ਦੀ ਰਹੀ ਸੈਟ ਤੇ ਔਰ ਪ੍ਰਮੋਸ਼ਨ? ਬਹੁਤ ਵਧੀਆ, ਸ਼ੀ ਇਜ਼ ਲਾਈਕ ਅ ਸਿਸਟਰ ਟੂ ਮੀ, ਉਹਦੇ ਨਾਲ ਉਹਨਾਂ ਦੇ ਨਾਲ ਕੰਮ ਕਰਕੇ ਵੀ ਬਹੁਤ ਵਧੀਆ ਲੱਗਾ। ਆਈ ਐਕਚੁਅਲੀ ਵੁਡ ਹੈਵ ਨੈਵਰ ਥਾਟ 10 ਇਅਰਸ ਅਗੋ ਇਫ ਯੂ ਟੋਲਡ ਮੀ ਆਈ ਵਾਸ ਗੋਨਾ ਵਰਕ ਵਿਦ ਰੂਬੀਨਾ ਡਲਾਇਕ, ਆਈ ਵੁਡ ਹੈਵ ਬੀਨ ਲਾਈਕ ਰੀਲੀ ਰੀਲੀ ਨੋ, ਬਟ ਯਾ ਬਹੁਤ ਵਧੀਆ ਲੱਗਿਆ ਉਹਨਾਂ ਦੇ ਨਾਲ ਕੰਮ ਕਰਕੇ। ਅੱਛਾ, ਇੰਦਰ ਜੋ ਫਿਲਮ ਦੇ ਵਿੱਚ ਤੁਹਾਡਾ ਕੈਰੈਕਟਰ ਕਰ ਰਿਹਾ ਕਿ ਦੋਵੇਂ ਗੁੜੀਆਂ ਨੂੰ ਫੋਨ ਕਰੀ ਜਾਂਦਾ ਆ, ਹੈ ਨਾ, ਜ਼ਿਆਦਾ ਨਹੀਂ ਰਿਵੀਲ ਕਰਦੇ, ਬਟ ਮੈਨੂੰ ਇਹ ਦੱਸੋ ਕਿ ਜੋ ਰੀਅਲ ਜਿੱਦਾਂ ਕਰਦੇ ਹੋਣਗੇ ਜਾਂ ਕਰਦੇ ਆ, ਉਹਨਾਂ ਲਈ ਕੋਈ ਸੁਜੈਸ਼ਨ ਦੇਣੀ ਚਾਹੋ? ਉਹਨਾਂ ਲਈ ਸੁਜੈਸ਼ਨ ਇਹੀ ਹੈ ਭਰਾਵੋ ਕਿ ਵਿਆਹ ਹੋ ਜਾਣਾ ਇੱਕ ਦਿਨ, ਸੋ ਇੱਕ ਨਾਲ ਰਹੋ, ਅਤੇ ਲੜਾਈਆਂ ਨਹੀਂ ਹੋਣੀਆਂ, ਚੰਗੇ ਰਹੋਗੇ, ਖੁਸ਼ ਰਹੋਗੇ, ਸੋ ਬੀ ਵਿਦ ਵਨ ਜੀ। ਚੱਲ ਭੱਜ ਚੱਲੀਏ ਫਿਲਮ ਦਾ ਜੋ ਨਾਮ ਹੈ, ਹਾਲਾਂਕਿ ਹੋਰ ਭੱਜਣ ਬਾਰੇ ਬਣੀ ਹੈ, ਬਟ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜ਼ਿੰਦਗੀ ਜਿਨ੍ਹਾਂ ਤੋਂ ਸਾਨੂੰ ਭੱਜਣ ਨੂੰ ਮਨ ਕਰਦਾ ਜਾਂ ਜਿਹੜੀਆਂ ਸਾਨੂੰ ਪਸੰਦ ਨਹੀਂ ਹੁੰਦੀਆਂ, ਕਈ ਵਾਰ ਅਸੀਂ ਪੜ੍ਹਾਈ ਤੋਂ ਭੱਜਦੇ ਆਏ ਹਾਂ, ਹੈ ਨਾ, ਸੋ ਔਨ। ਤੁਹਾਡੀ ਜ਼ਿੰਦਗੀ ਦੇ ਵਿੱਚ ਇੱਦਾਂ ਦੀਆਂ ਕਿਹੜੀਆਂ ਚੀਜ਼ਾਂ ਨੇ, ਦੋ ਦੱਸਣੀਆਂ ਨੇ, ਜਿਨ੍ਹਾਂ ਤੋਂ ਤੁਸੀਂ ਦੇਖ ਕੇ ਕਹਿ ਦਿੰਦੇ ਹੋ ਵੀ ਚੱਲ ਹੁਣ ਇੱਥੋਂ ਭੱਜ ਚੱਲੀਏ? ਮੈਨੂੰ ਨਾ ਘੱਟ ਬੋਲਣਾ ਪਸੰਦ ਆ, ਅਤੇ ਇਸ ਤਰ੍ਹਾਂ ਬੰਦੇ ਘੱਟ ਵਧੀਆ ਲੱਗਦੇ ਨੇ, ਜਿੱਥੇ ਲੱਗੇ ਵੀ ਫੁਕਰੀ ਹੋ ਰਹੀ ਹੈ, ਮੈਂ ਉੱਡ ਜਾਂਦਾ ਉੱਥੇ ਭੱਜ ਜਾਂਦਾ। ਤੋਂ ਭੱਜਣਾ ਪਸੰਦ ਹੈ ਜੀ ਜੀ, ਮਤਲਬ ਮੈਨੂੰ ਜ਼ਿਆਦਾ ਬੋਲਣਾ ਵੀ ਨਹੀਂ ਪਸੰਦ ਅਤੇ ਮੈਨੂੰ ਜੈਨੂਅਨ ਲੋਕ ਜ਼ਿਆਦਾ ਪਸੰਦ ਹੈ ਜੀ। ਸੈਕਿੰਡਲੀ ਮੈਨੂੰ ਸਿਗਰਟ ਤੋਂ ਬਾਅਦ ਜੇ ਕਿਤੇ ਸਿਗਰਟ ਪੀਂਦਾ ਮੈਂ ਖੜ੍ਹ ਨਹੀਂ ਸਕਦਾ ਉੱਥੇ, ਮੈਂ ਭੱਜ ਜਾਂਦਾ ਜੀ ਜੀ ਜੀ। ਯਾਨੀ ਕਿ ਜਿਹੜਾ ਇੱਕ ਬੰਦਾ ਜੈਨੂਅਨ ਔਰ ਬਿਨਾਂ ਸਮੋਕਿੰਗ ਵਾਲਾ ਬੰਦਾ ਤੁਹਾਨੂੰ ਵਧੀਆ ਲੱਗਦਾ ਹੈ ਰਾਈਟ? ਅੱਛਾ, ਤੁਸੀਂ ਕਿਹੜੀਆਂ ਚੀਜ਼ਾਂ ਤੋਂ ਸੋਚਦੇ ਹੁੰਦੇ ਹੋ ਕਿ ਮੈਨੂੰ ਇਹ ਚੀਜ਼ ਕੋਈ ਨੈਗੇਟਿਵ ਲੱਗਦੀ ਹੈ ਜਾਂ ਜਿਹੜੀ ਚੀਜ਼ ਪਸੰਦ ਨਹੀਂ ਹੈ, ਕਿਹੜੀ ਚੀਜ਼ ਤੋਂ ਭੱਜਦੇ ਹੋ ਜ਼ਿੰਦਗੀ 'ਚ, ਕਿਹੜੀ ਚੀਜ਼ ਦੇਖ ਕੇ ਕਹਿੰਦੇ ਹੋ ਕਿ ਚੱਲ ਇੱਥੋਂ ਭੱਜ ਚੱਲੀਏ? ਲਾਈਫ ਦੇ ਵਿੱਚ ਜਦੋਂ ਕੀ ਕਹਿੰਦੇ ਆ
ਲਾਈਕ ਕਦੇ ਕਦੇ ਖੁਦ ਤੋਂ ਵੀ ਫਸਣਾ ਹੁੰਦਾ ਲਾਈਕ ਜਦੋਂ ਮੈਂ ਖੁਦ ਨੂੰ ਜ਼ਿਆਦਾ ਜਬ ਕੀ ਕਹਿੰਦੇ ਆ ਜੱਜ ਕਰਦੀ ਹਾਂ ਪੁਸ਼ ਕਰਦੀ ਹਾਂ ਜ਼ਿਆਦਾ ਮੈਨੂੰ ਥੋੜ੍ਹਾ ਜਿਹਾ ਲਾਈਕ ਭੱਜਣ ਲੱਗਦੀ ਹਾਂ ਫਿਰ ਥੋੜ੍ਹਾ ਜਿਹਾ ਸਟੈਪ ਬੈਕ ਲੈ ਕੇ ਹੋਲਡ ਔਨ ਲਾਈਕ ਇਟਸ ਓਕੇ ਲਾਈਫ ਚੱਲਦੀ ਰਹਿੰਦੀ ਹੁੰਦੇ ਰਹਿੰਦੇ ਇਨਕਨਵੀਨੀਅੰਸਿਸ ਹਾਂਜੀ ਉਹੀ ਤੇ ਉਹੀ ਮੇਰਾ ਸਟਰਗਲ ਹੈਗਾ ਤੇ ਆਈ ਐਮ ਵਰਕਿੰਗ ਔਨ ਇਟ ਸੋ ਜਾਂਦੇ ਜਾਂਦੇ ਦਰਸ਼ਕਾਂ ਲਈ ਕੀ ਕਹੋਗੇ ਚੱਲ ਪੱਜ ਲਈ ਫਿਲਮ ਲਈ ਕਿਉਂਕਿ ਫਾਈਨਲੀ ਸਿਨੇਮਾ ਘਰਾਂ ਦੇ ਵਿੱਚ ਆ ਰਹੀ ਹੈ ਐਂਡ ਓਬਵੀਅਸਲੀ ਜਦੋਂ ਸ਼ੁਰੂਆਤ ਹੁੰਦੀ ਹੈ ਨਾ ਕਿਸੇ ਦੀ ਇਹ ਸੁਪਨਾ ਹੁੰਦਾ ਹੈ ਨਾ ਪੂਰਾ ਸੋ ਤੁਹਾਡੇ ਡ੍ਰੀਮਸ ਇੱਕ ਅਚੀਵ ਹੋ ਰਹੇ ਨੇ ਤੇ ਉਹਨਾਂ ਲਈ ਜੋ ਸੁਪਨੇ ਵੇਖਦੇ ਨੇ ਉਹਨਾਂ ਲਈ ਕੀ ਸੁਪਨੇ ਵੇਖਦੇ ਰਹੋ ਆਪਣੇ ਸੁਪਨੇ ਦੇ ਵਿੱਚ ਭਾਗ ਚਾਲ ਭਾਗਦੇ ਰਹੋ ਔਰ ਪਲੀਜ਼ ਨੈਵਰ ਸਟਾਪ ਡ੍ਰੀਮਿੰਗ ਵਨ ਡੇ ਯੂਲ ਬੀ ਹੇਅਰ ਐਸ ਵੈਲ ਜਸਟ ਯਾ ਜਸਟ ਜਸਟ ਕੀਪ ਡ੍ਰੀਮਿੰਗ ਡ੍ਰੀਮ ਬਿਗ ਚੱਲ ਪੱਜੇ ਲਈ ਕਹਿ ਦਿਓ ਉਹਨਾਂ ਨੂੰ ਕਿ ਦੇਖਣ ਜਾਓ ਪਲੀਜ਼ ਜਾਓ ਚੱਲ ਪੱਜੇ ਲਈ ਵੇਖਿਓ ਸਾਨੂੰ ਸਪੋਰਟ ਕਰਿਓ ਸਾਡੀ ਮੂਵੀ ਨੂੰ ਅਸੀਂ ਬਹੁਤ ਵਰਕ ਕੀਤਾ ਸਾਡਾ ਦੋਨਾਂ ਦਾ ਡੈਬਿਊ ਹੈਗਾ ਅਤੇ ਤੁਸੀਂ ਵੀ ਜਾਓ ਸਾਨੂੰ ਵੀ ਦੱਸਿਓ ਅਸੀਂ ਕਿਵੇਂ ਦਾ ਕੰਮ ਕੀਤਾ ਮੂਵੀ ਦੇ ਵਿੱਚ ਅੱਛਾ ਜਾਂਦੇ ਜਾਂਦੇ ਚੱਲ ਪੱਜੇ ਲਈ ਲਈ ਦਰਸ਼ਕਾਂ ਨੂੰ ਜ਼ਰੂਰ ਕਹਿ ਦਿਓ ਵੀ ਭੱਜ ਕੇ ਹੁਣ ਫਿਲਮ ਵੇਖ ਲਓ ਭੱਜ ਕੇ ਜਾਇਓ ਆਰਾਮ ਨਾਲ ਜਾਇਓ ਪਰ ਫਿਲਮ ਜ਼ਰੂਰ ਦੇਖਣ ਜਾਇਓ ਤੁਹਾਨੂੰ ਸੋਹਣੀ ਲੱਗੂਗੀ ਤੁਹਾਡਾ ਸੁਪਨਾ ਪੂਰਾ ਹੋ ਗਿਆ ਇੱਕ ਵਾਰ ਜਾਂਦੇ ਜਾਂਦੇ ਉਹਨਾਂ ਲਈ ਜ਼ਰੂਰ ਕੁਛ ਕਹਿ ਦਿਓ ਜੋ ਸੁਪਨੇ ਦੇਖਦੇ ਨੇ ਪੂਰਾ ਕਰਨਾ ਚਾਹੁੰਦੇ ਨੇ ਉਹ ਸੁਪਨੇ ਵਾਲੀ ਮਿਹਨਤ ਕਰਦੇ ਮੈਂ ਕਹਿਣਾ ਚਾਹੂੰਗਾ ਕਿ ਵੱਧ ਤੋਂ ਵੱਧ ਸੁਪਨੇ ਦੇਖਿਆ ਕਰੋ ਰੱਬ ਜ਼ਰੂਰ ਪੂਰਾ ਕਰਦਾ ਮਿਹਨਤ ਕਰਿਆ ਕਰੋ ਥੈਂਕ ਯੂ ਸੋ ਮਚ ਐਂਡ ਆਲ ਦ ਵੈਰੀ ਬੈਸਟ